ਸਿੱਖਾਂ ਦਾ ਪਵਿੱਤਰ ਤਿਉਹਾਰ ਹੋਲਾ ਮੁਹੱਲਾ 16 ਮਾਰਚ ਤੋਂ 21 ਮਾਰਚ ਤੱਕ ਮਨਾਇਆ ਜਾ ਰਿਹਾ ਹੈ। 16 ਮਾਰਚ ਤੋਂ 18 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 19 ਤੋਂ 21 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਇਹ ਹੋਲਾ ਮੁਹੱਲਾ ਮਨਾਇਆ ਜਾਵੇਗਾ, ਜਿਸ ਦੀ ਸ਼ੁਰੂਆਤ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਆਨੰਦਗੜ੍ਹ ਸਾਹਿਬ ਤੋਂ ਰਾਤ 12 ਵਜੇ 5 ਨਗਾਰੇ ਵਜਾ ਕੇ ਕੀਤੀ ਗਈ ਅਤੇ ਉਸ ਤੋਂ ਪਹਿਲਾਂ ਧਾਰਮਿਕ ਦੀਵਾਨ ਵੀ ਸਜਾਏ ਗਏ। ਗੁਰਦੁਆਰਾ ਕਿਲ੍ਹਾ ਅਨੰਦਪੁਰ ਸਾਹਿਬ ਜੀ ਤੋਂ ਹਰ ਸਾਲ ਦੀ ਤਰ੍ਹਾਂ ਰਾਤ 12 ਵਜੇ ਗੁਰਮੁਖੀ ਪਾਠ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਨਗਾਰੇ ਵਜਾ ਕੇ ਹੋਲੇ ਮੁਹੱਲੇ ਦੀ ਪ੍ਰਾਰੰਭਤਾ ਕਰ ਦਿੱਤੀ ਗਈ ਹੈ। ਕੱਲ੍ਹ ਨੂੰ ਸਵੇਰ ਤੋਂ ਹੋਲੇ ਮੁਹੱਲੇ ਦੇ ਸਮਾਗਮਾਂ ਦੀ ਆਰੰਭਤਾ ਹੋ ਜਾਣੀ ਹੈ। ਸਮੁੱਚੇ ਖਾਲਸਾ ਪੰਥ ਨੂੰ ਹੋਲੇ ਮੁਹੱਲੇ ਦੀਆਂ ਖਾਲਸੇ ਦੇ ਸਕੂਲੀ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਵੱਖ ਵੱਖ ਸੰਪਰਦਾਵਾਂ, ਜਥੇਬੰਦੀਆਂ ਆਦਿ ਆਗੂ ਅਤੇ ਹੋਰ ਜੋ ਪੰਥਕ ਸ਼ਖਸੀਅਤਾਂ ਨੇ ਅੱਜ ਇਸ ਹੋਲੇ ਮੁਹੱਲੇ ਦੀ ਆਰੰਭਤਾ ਕੀਤੀ ਹੈ। ਇਹ ਹੋਲਾ ਮੁਹੱਲਾ 16, 17, 18 ਤੀਕ ਨੂੰ ਕੀਰਤਪੁਰ ਸਾਹਿਬ ਅਤੇ 19, 20, 21 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ। ਇਸ ਦੀ ਮੌਕੇ 'ਤੇ ਬਹੁਤ ਵੱਡੀ ਗਿਣਤੀ 'ਤੇ ਜਿਹੜੀਆਂ ਸੰਗਤਾਂ ਦੀ ਆਮਦ ਹੁੰਦੀ ਹੈ। ਦੱਸ ਦੇਈਏ ਕਿ ਹੋਲੇ ਮੁਹੱਲੇ ਦੇ ਆਖਰੀ ਦਿਨ 21 ਤਾਰੀਖ ਨੂੰ SGPC ਵੱਲੋਂ ਅਤੇ 22 ਮਾਰਚ ਨੂੰ ਨਿਹੰਗ ਸਿੰਘ ਹੋਲਾ ਮੁਹੱਲਾ ਕੱਢਣਗੇ। ਉੱਥੇ ਹੀ ਹੋਲੇ ਮੁਹੱਲੇ ਵਿੱਚ 30 ਤੋਂ 35 ਲੱਖ ਦੇ ਕਰੀਬ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।